अज तो सरकार नूं यही मंग करते हैं कि साडे बच्चे ठीक ठाक घर लिया जान, क्योंकि असी भी इन्ने पैसे अफोर्ड नहीं कर सकते भी बार बार बुलाने जाने। क्यों अजीत बैपू जी के समूह दर्शकों नूं पत्रकार राज सिंह बड़ा चुरी पर सत श्रीकाल। जिवें तुहानूं पता है कि पिछले दिनों तो रूस वालों यूक्रेन के उत्ते काफ़ी बमबारी करके युद्ध वाली स्थिति पैदा की हुई है, तो जिस विच बहुत जानी ते माली नुकसान हो रहा है। इस घटनाक्रम तहत साढ़े इंडिया तो खासकर पंजाब तो बहुत विद्यार्थी लड़के ते लड़कियां उत्थे MBBS दा कोर्स करन गईयां हन, ते जिन्हां विच बलाचौर इलाके नाल संबंधित भी अद्धी दर्जन तो वध ओह विद्यार्थी उत्थे फसे दसे जा रहे हन। इसी कड़ी तहत बलाचौर दे पिंड न्याणा बेट विखे जिथे मैं खड़ा हाँ राणा सुभाष सिंह जी जो कि सबका फौजी हन दा बेटा अते बेटी ते ओह यूक्रेन विखे फसे हुए हन। इस संबंध में जो आप गलबात की वह आप अजीत रूबरू कर रहे हैं। रिशपाल सिंह है ਨਿਆਣਾ ਬੇਟ ਹੈ। ਕੀ ਨਾਮ ਜੀ ਆਪਣੀ ਬੇਟੀ ਦੀ? ਬੇਟੀ ਦਾ ਬੇਟੀ ਦਾ ਨਾਂ ਕਾਜਲ ਹੈ ਜੀ, ਅਤੇ ਬੇਟੇ ਦਾ ਨਾਂ ਸ਼ੋਹਿਬ ਸਿੰਘ। ਅਤੇ ਆਹ ਕਦੋਂ ਗਏ ਸੀ? ਇਹ ਹੁਣ ਬੇਟੀ ਦਾ ਲਾਸਟ ਈਅਰ ਅਤੇ ਬੇਟੇ ਦਾ ਚੌਥਾ ਸਾਲ ਆ। ਇਹ ਹੁਣ 15 ਫਰਵਰੀ ਨੂੰ ਗਏ ਜੀ। ਕੀ ਡਿਗਰੀ ਕਰਨ ਗਏ ਜੀ? ਇਹ MBBS ਦੀ ਕਰਨ ਗਏ ਜੀ। ਹੁਣ ਤਾਂ ਗੱਲ ਹੋ ਗਈ ਤੁਹਾਡੀ? ਗੱਲਬਾਤ ਹੁੰਦੀ ਆ, ਥੋੜ੍ਹੀ ਦੇਰ ਹੁੰਦੀ ਫਿਰ ਬੰਦ ਹੋ ਜਾਂਦੀ ਫੋਨ। ਕਿਹੜੀ ਯੂਨੀਵਰਸਿਟੀ 'ਚ ਉੱਥੇ ਪੜ੍ਹੇ ਜੀ? ਖੜਕਵ ਮੈਡੀਕਲ ਯੂਨੀਵਰਸਿਟੀ ਹੈ। ਕਿੱਥੇ ਪੈਂਦਾ ਜੀ ਉੱਥੇ ਯੂਕਰੇਨ? ਇਹ ਯੂਕਰੇਨ ਕੀਵ ਦੀ ਰਾਜਧਾਨੀ ਤੋਂ 500-600 ਕਿਲੋਮੀਟਰ ਹੇਠ ਦਕਸ਼ਣ ਵਾਲੇ ਪਾਸੇ ਪੈਂਦਾ ਜੀ। ਆਹ ਵੀ ਪਤਾ ਲੱਗਿਆ ਕਿ ਪਿਛਲੇ ਮਹੀਨੇ ਸੀ, ਇਸ ਮਹੀਨੇ ਆਏ ਵੀ ਸੀ? ਹਾਂਜੀ, ਇਹ ਆਏ ਸੀਗੇ, ਮਹੀਨਾ ਰਹਿ ਕੇ ਡੇਢ ਗਏ ਜੀ। 15 ਫਰਵਰੀ ਨੂੰ ਇਹ ਇੱਥੋਂ ਦੁਬਾਰਾ ਗਏ ਜੀ। 15 ਫਰਵਰੀ ਨੂੰ ਗਏ ਜੀ। ਹਾਂਜੀ, ਉਹਨਾਂ ਦਾ ਕਹਿਣਾ ਇਹ ਹੈ ਜੀ, ਇੱਕ ਤਾਂ ਉਹਨਾਂ ਨੂੰ ਰਹਿਣ ਸਹਿਣ 'ਚ ਖਾਣ ਪੀਣ 'ਚ ਤਾਂ ਬਹੁਤ ਤੰਗੀ ਹੋ ਰਹੀ ਹੈ, ਰਾਸ਼ਨ ਨਹੀਂ ਮਿਲ ਰਿਹਾ, ਬੰਕਰਾਂ ਦੇ ਵਿੱਚ ਰਹਿ ਰਹੇ ਆ ਉਹ ਇਸ ਟਾਈਮ ਤਾਂ। ਹਾਂਜੀ, ਤੁਹਾਡੀ ਵੀਡੀਓ ਕਾਲ ਵੀ ਹੋਏਗੀ? ਵੈਸੇ ਫੋਨ 'ਤੇ ਗੱਲ ਹੁੰਦੀ ਹੈ ਜੀ? ਫੋਨ ਪਰ ਹੁੰਦੀ ਆ, ਉਹ ਨੈਟਵਰਕਿੰਗ ਕਈ ਵਾਰੀ ਹੁੰਦੀ, ਕਈ ਵਾਰੀ ਉਹਦੇ ਅੰਡਰ ਜਾਣ ਦੀ ਵਜ੍ਹਾ ਨਾਲ ਬੰਦ ਹੋ ਜਾਂਦਾ। ਜਿੱਦਾਂ ਕਹਿੰਦੇ ਕਿ ਭਾਰਤ ਸਰਕਾਰ ਨੇ ਕਾਫੀ ਐਫਰਟ ਕੀਤੀ ਹੈ ਜੀ, ਅਤੇ ਉਹਨਾਂ ਨੂੰ ਕੋਈ ਰਾਹਤ ਮਿਲੀ ਉੱਥੇ? ਅਜੇ ਤੱਕ ਕੁਛ ਰਾਹਤ ਨਹੀਂ ਮਿਲੀ ਜੀ। ਅਤੇ ਇੱਥੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਆਇਆ ਤੁਹਾਡੇ ਕੋਲ? ਅਜੇ ਸਰਕਾਰੀ ਅਧਿਕਾਰੀ ਕੋਈ ਨਹੀਂ ਆਇਆ। ਕੌਣ ਆਇਆ ਜੀ ਵੈਸੇ ਤੁਹਾਡੇ ਕੋਲ? ਅਜੇ ਤੱਕ ਤਾਂ ਪੱਤਰਕਾਰ ਹੀ ਆਏ ਜੀ। ਕੋਈ ਪ੍ਰਸ਼ਾਸਨ SDM ਦੀ ਜਾਂ SDM ਕੋਈ ਨਹੀਂ ਆਇਆ ਜੀ? ਅਤੇ ਜ਼ਿਲ੍ਹਾ ਪੱਧਰ ਤੋਂ ਕੋਈ ਨਹੀਂ ਆਇਆ ਜੀ? ਕੋਈ ਨਹੀਂ ਆਇਆ ਜੀ। ਤੁਹਾਡੀ ਕੀ ਮੰਗ ਹੈ ਜੀ? ਅੱਜ ਤਾਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਠੀਕ ਠਾਕ ਘਰ ਲਿਆ ਜਾਣ, ਕਿਉਂਕਿ ਅਸੀਂ ਵੀ ਇੰਨੇ ਪੈਸੇ ਅਫੋਰਡ ਨਹੀਂ ਕਰ ਸਕਦੇ ਵੀ ਬਾਰ ਬਾਰ ਬੁਲਾਉਣੇ ਜਾਂ ਜਾਣੇ। ਕਿਉਂ ਆਹ ਵੀ ਪਤਾ ਕਿ ਪਾਨੀ ਨੂੰ ਕਾਫੀ ਹੁਸ਼ਿਆਰ ਸੀਗੇ ਤੇ ਵੀ ਕਿਹੜੇ ਸਕੂਲੇ ਪੜ੍ਹੇ? ਇਹ ਮੋਡ ਕਰਮਲ ਸਕੂਲੇ ਪੜ੍ਹੇ ਜੀ। ਜਿਸ ਤਰ੍ਹਾਂ ਕਿ ਸਾਡੇ ਬਲਾਚੌਰ ਦੇ ਵਿੱਚ ਨਿਆਣਾ ਬੇਟ ਪਿੰਡ ਹੈ ਸਾਡਾ, ਜਿੱਥੇ ਸਾਡੇ 21 ਪਰਿਵਾਰ ਦੇ 2 ਬੱਚੇ ਆ ਔਰ ਇੱਕ ਬਲਾਚੌਰ ਦੇ ਵਿੱਚੋਂ 2 ਬੱਚੇ, 4 ਸਾਡੇ ਬਲਾਚੌਰ ਦੇ ਬੱਚੇ ਜਿਹੜੇ ਆ ਯੂਕਰੇਨ 'ਚ ਫਸੇ ਹੋਏ ਆ। ਉਹਨਾਂ ਲਈ ਪਹਿਲੇ ਤਾਂ ਆਪਾਂ ਕੇਂਦਰ ਸਰਕਾਰ ਨੂੰ ਮੈਂ ਅਪੀਲ ਕੀਤੀ ਆਪਣੀ ਬਲਾਚੌਰ ਵੱਲੋਂ ਕਿ ਜਲਦ ਤੋਂ ਜਲਦ ਉਹਨਾਂ ਨੂੰ ਸੁਰੱਖਿਅਤ ਸਥਾਨ 'ਤੇ ਸਾਡੇ ਪੰਜਾਬ 'ਚ ਹੀ ਆਉਣ ਬੱਚੇ। ਔਰ ਹੁਣ ਇੱਥੇ ਮੈਂ ਪਰਿਵਾਰ ਨੂੰ ਮਿਲਣ ਆਈ ਹਾਂ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਤੱਕ ਤੁਹਾਡਾ ਇਹਦਾ ਪਹੁੰਚ ਹੋਈ ਹੈ, ਅਤੇ ਪਰਿਵਾਰ ਨੇ ਇੱਕੋ ਬੇਨਤੀ ਕੀਤੀ ਹੈ। ਮੈਂ ਆਪਣੀ ਪਾਰਟੀ ਅੱਗੇ ਵੀ ਇਸ ਗੱਲ ਨੂੰ ਲਵਾਂਗੀ, ਆਪਣੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਔਰ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਨੂੰ ਵੀ ਬੇਨਤੀ ਕਰਾਂਗੀ ਕਿ ਇਹ ਬਲਾਚੌਰ ਦੇ ਜਿਹੜਾ ਇਹ ਪਰਿਵਾਰ ਹੈ ਸਾਡਾ, ਇਹਨਾਂ ਨੇ ਕਿਹਾ ਕਿ ਸਾਡੇ ਬੱਚੇ ਜੇ ਇੱਥੇ ਨਹੀਂ ਆ ਸਕਦੇ ਤਾਂ ਉਹ ਉੱਥੇ ਪੋਲੈਂਡ ਦੇ ਵਿੱਚ ਪਹੁੰਚ ਕਰ ਦੇਣ ਕਿ ਉੱਥੇ ਉਹ ਉਹਨਾਂ ਦਾ ਪਰਿਵਾਰ ਹੈ, ਉੱਥੇ ਜਾ ਕੇ ਉਹ ਸੁਰੱਖਿਅਤ ਹੋ ਸਕਦੇ ਹੈ, ਅਤੇ ਮੈਂ ਇਹੀ ਅਪੀਲ ਕਰਦੀ ਹਾਂ।
कि सरकार नूं भी केंद्र सरकार नूं भी ते हुण जिहड़ा पार्टियां है असीं सारे मिल के अपने बच्चियां दी सुरक्षा लई वध तों वध जिहड़े वड्डे कदम है दिन रात इक करके करिए। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।